ਲੋਕਾਂ ਦੇ ਜਿਹੜੇ ਮੁੱਢਲੇ ਕੰਮ ਹੈ, ਲੋਕਾਂ ਦੇ ਜਿਹੜੇ ਛੋਟੇ ਛੋਟੇ ਕੰਮ ਹੈ ਦਫ਼ਤਰਾਂ ਨਾਲ ਜੁੜੇ, ਉਹ ਸਾਰੇ ਮਸਲੇ ਲੋਕਾਂ ਦੇ ਇੱਥੇ ਆ ਕੇ ਹੱਲ ਹੋਣ। ਔਰ ਬਿਨਾਂ ਕਰਪਸ਼ਨ ਤੋਂ ਇਹ ਅਰਦਾਸ ਕਰਕੇ ਅਸੀਂ ਅੱਜ ਮਤਲਬ ਉੱਠੇ ਹਾਂ। ਹੁਣ ਬਕਾਇਦਾ ਇੱਥੇ ਜਿਹੜਾ ਉਹ ਸਾਡੇ ਦਫ਼ਤਰ ਜਿਹੜੇ ਇੱਥੇ ਚੱਲ ਪਏ ਆ। ਪੁਰਾਣੀ ਬਿਲਡਿੰਗ ਜਿਹੜੀ ਉੱਧਰ ਹੈਗੀ ਉਹ ਬਹੁਤ ਜ਼ਿਆਦਾ ਖਰਾਬ ਸੀਗੀ, ਇਹਦੇ ਮੈਂ ਉੱਪਰ ਜਿਹੜਾ ਉਹ ਪਟਵਾਰਖਾਨਾ ਵੀ ਬਣਾਉਣਾ ਸਾਰਾ ਵੱਡਾ, ਔਰ ਇੱਧਰ ਅਫਸਰਾਂ ਦੇ ਰਹਿਣ ਲਈ ਉਹਨਾਂ ਦੇ ਘਰ ਬਣਾਉਣੇ ਆ। ਇਸ ਪਾਸੇ ਨਾਲ ਨਾਲ ਅਸੀਂ ਜਿਹੜੇ ਸਾਡੇ ਵਸੀਕਾ ਦਵੀਸ ਨੇ ਸਟੈਨੋਗ੍ਰਾਫਰ ਦੇ ਦੂਜੇ ਤੀਜੇ, ਉਹਨਾਂ ਲਈ ਦੁਕਾਨਾਂ ਜਿਹੜੀਆਂ ਉਹ ਵੀ ਬਣਾ ਰਹੇ, ਉਹ ਕੰਪਲੈਕਸ ਪੂਰਾ ਨਾਲ ਨਾਲ ਬਣਾਉਂਦੇ। ਅੱਜ ਅਸੀਂ ਇਹ ਨਾਲਾ ਸ਼ਹਿਰ ਦੇ ਵਿੱਚ ਇਸ ਵੇਲੇ ਖੜੇ, ਅਸੀਂ ਨਵਾਂ ਤਹਿਸੀਲ ਕੰਪਲੈਕਸ ਜਿਹੜਾ ਐਸ ਡੀ ਐਮ ਸਾਹਿਬ ਦਾ ਦਫ਼ਤਰ ਉਹ ਬਣਾਇਆ, ਇੱਥੇ ਤਬਦੀਲ ਕੀਤਾ, ਔਰ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਆਸਰਾ ਲਿਆ, ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਕੀਰਤਨ ਕੀਤਾ, ਔਰ ਮਹਾਰਾਜ ਸੱਚੇ ਪਾਤਸ਼ਾਹ ਗੜੀ ਅਰਦਾਸ ਕੀਤੀ ਹੈ ਕਿ ਜਿਹੜੀ ਬਿਲਡਿੰਗ ਹੈ ਇਹ ਲੋਕਾਂ ਦੇ ਜਿਹੜੇ ਮੁੱਢਲੇ ਕੰਮ ਹੈ, ਲੋਕਾਂ ਦੇ ਜਿਹੜੇ ਛੋਟੇ ਛੋਟੇ ਕੰਮ ਹੈ ਦਫ਼ਤਰਾਂ ਨਾਲ ਜੁੜੇ, ਉਹ ਸਾਰੇ ਮਸਲੇ ਲੋਕਾਂ ਦੇ ਇੱਥੇ ਆ ਕੇ ਹੱਲ ਹੋਣ। ਔਰ ਬਿਨਾਂ ਕਰਪਸ਼ਨ ਤੋਂ ਇਹ ਅਰਦਾਸ ਕਰਕੇ ਅਸੀਂ ਅੱਜ ਮਤਲਬ ਉੱਠੇ ਹਾਂ। ਹੁਣ ਬਕਾਇਦਾ ਇੱਥੇ ਜਿਹੜਾ ਉਹ ਸਾਡੇ ਦਫ਼ਤਰ ਜਿਹੜੇ ਇੱਥੇ ਚੱਲ ਪਏ ਆ। ਪੁਰਾਣੀ ਬਿਲਡਿੰਗ ਜਿਹੜੀ ਉੱਧਰ ਹੈਗੀ ਉਹ ਬਹੁਤ ਜ਼ਿਆਦਾ ਖਰਾਬ ਸੀਗੀ, ਉਸ ਬਿਲਡਿੰਗ ਨੂੰ ਢਾਹ ਕੇ ਉਹਨੂੰ ਹੋਰ ਉੱਥੇ ਹੋਰ ਵਧੀਆ ਕੰਪਲੈਕਸ ਜਿਹੜੇ ਉਹ ਬਣਾਵਾਂਗੇ। ਨਹੀਂ ਨਹੀਂ ਫਾਇਦਾ ਵੇਖੋ, ਜੇ ਜਿੱਥੇ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਮਿਲਦੀਆਂ ਉਹ ਬਿਲਡਿੰਗ ਵਧੀਆ ਹੋਣੀ ਚਾਹੀਦੀ ਹੈ, ਅੱਛੀ ਹੋਣੀ ਚਾਹੀਦੀ ਹੈ, ਦਫ਼ਤਰ ਸਾਡੇ ਅਫਸਰਾਂ ਦੇ ਬਹਿਣ ਲਈ ਅੱਛੇ ਹੋਣੇ ਚਾਹੀਦੇ ਆ, ਸਾਡੇ ਥੱਲੇ ਮੁਲਾਜ਼ਮ ਸੁਪਰਡੈਂਟ ਕਲਰਕ ਜਿੰਨੇ ਵੀ ਹੈ ਉੱਧਰ, ਕਿਉਂਕਿ ਸਾਨੂੰ ਬਹੁਤ ਪ੍ਰੋਬਲਮ ਆ ਰਹੀ, ਲਗਭਗ ਬਿਲਡਿੰਗ ਡਿੱਗਣ ਵਾਲੀ ਸੀਗੀ, ਇਸ ਕਰਕੇ ਫਾਇਦਾ ਹੀ ਫਾਇਦਾ। ਸਰ ਕਿਉਂ ਨੀ ਫਾਇਦਾ? ਇੱਕੋ ਛੱਤ, ਇਹਦੇ ਉੱਤੇ ਇਹਨੂੰ ਅਜੇ ਦੂਸਰੇ ਮਤਲਬ ਜਿਹੜਾ ਪੜਾਅ ਦੇ ਵਿੱਚ ਇਹਦੇ ਮੈਂ ਉੱਪਰ ਜਿਹੜਾ ਉਹ ਪਟਵਾਰਖਾਨਾ ਵੀ ਬਣਾਉਣਾ ਸਾਰਾ ਵੱਡਾ, ਔਰ ਇੱਧਰ ਅਫਸਰਾਂ ਦੇ ਰਹਿਣ ਲਈ ਉਹਨਾਂ ਦੇ ਘਰ ਬਣਾਉਣੇ ਆ। ਇਸ ਪਾਸੇ ਨਾਲ ਨਾਲ ਅਸੀਂ ਜਿਹੜੇ ਸਾਡੇ ਵਸੀਕਾ ਦਵੀਸ ਨੇ ਸਟੈਨੋਗ੍ਰਾਫਰ ਦੇ ਦੂਜੇ ਤੀਜੇ, ਉਹਨਾਂ ਲਈ ਦੁਕਾਨਾਂ ਜਿਹੜੀਆਂ ਉਹ ਵੀ ਬਣਾ ਰਹੇ, ਉਹ ਕੰਪਲੈਕਸ ਪੂਰਾ ਨਾਲ ਨਾਲ ਬਣੂ।